ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਪਹਿਲਾਂ ਤਾਂ ਬਹੁਤ ਬਹੁਤ ਜੀ ਆਇਆਂ ਨੂੰ ਤੁਹਾਡਾ ਸਾਡੇ ਚੈਨਲ ਤੇ ਬਰਨਾਲਾ ਵੁੱਡਸ ਤੇ ਜਿਵੇਂ ਕਿ ਪਹਿਲਾਂ ਤੁਸੀਂ ਸਾਡੀ ਇੰਟਰੋਡਕਸ਼ਨ ਵਾਲੀ ਵੀਡੀਓ ਦੇਖੀ ਹੋਊਗੀ ਜਿਸ 'ਚ ਅਸੀਂ ਸਾਰਾ ਅਸੀਂ ਆਪਦੇ ਫਰਨੀਚਰ ਬਾਰੇ ਐਕਸਪਲੇਨ ਕੀਤਾ ਸੀ ਅਸੀਂ ਕੀ ਖਰੀਦਦੇ ਹਾਂ ਕੀ ਵੇਚਦੇ ਹਾਂ ਫਰਨੀਚਰ ਸੋਫੇ ਬੈੱਡ ਅਲਮੀਰਾ ਜਿਹੜੇ ਕਿ ਹੁਣ ਸਾਡੇ ਨੈਕਸਟ ਵਾਲੇ ਸਾਰੇ ਵਲੌਗ ਆਉਣਗੇ ਉਹ 'ਚ ਤੁਹਾਨੂੰ ਅਸੀਂ ਸਾਰੇ ਰੋਜ਼ ਮਤਲਬ ਨਵੀਂ ਤੋਂ ਨਵੀਂ ਚੀਜ਼ ਨੂੰ ਬੈੱਡ ਨੂੰ ਸੋਫੇ ਨੂੰ ਅਲਮੀਰਾ ਨੂੰ ਇਕੱਲੀ ਚੀਜ਼ ਨੂੰ ਬਰੀਫਲੀ ਐਕਸਪਲੇਨ ਕਰਾਂਗੇ ਉਹਦੇ ਕੀ ਰੇਟ ਨੇ ਕਾਹਦੇ ਨਾਲ ਬਣੀ ਹੈ ਕੀ ਉਹਦੀਆਂ ਗਰੰਟੀਆਂ ਹੈ ਕੀ ਉਹਦੀਆਂ ਵਾਰੰਟੀਆਂ ਹੈਗੀਆਂ ਵੀ ਕੀ ਉਹਦੀ ਚੀਜ਼ ਹੰਢਣ ਵਾਲੀ ਹੈ ਕੀ ਖਰਾਬ ਹੋਣ ਵਾਲੀ ਤਾਂ ਨਹੀਂ ਦਾ ਮਤਲਬ ਕੀ ਅਤੇ ਬਾਕੀ ਜਿਵੇਂ ਤੁਸੀਂ ਕੀ ਜਾਣਦੇ ਹੋ ਵੀ ਕੋਈ ਵੀ ਸਾਡਾ ਵਲੌਗ ਦੇਖ ਕੇ ਤੁਸੀਂ ਜਿਹੜੀ ਵੀ ਤੁਹਾਨੂੰ ਕੋਈ ਚੀਜ਼ ਵਧੀਆ ਲੱਗੇ ਸਕਰੀਨਸ਼ੋਟ ਲੈ ਕੇ ਸਾਡਾ ਜਿਵੇਂ ਨੰਬਰ ਨੀਚੇ ਚੱਲਦਾ ਹੁੰਦਾ ਗਾ 98042 4042 ਤੁਸੀਂ ਉਹਦੇ ਸਕਰੀਨਸ਼ੋਟ ਭੇਜ ਸਕਦੇ ਹੋ ਉਹਦਾ ਪ੍ਰਾਈਸ ਕਨਫਰਮ ਕਰ ਸਕਦੇ ਹੋ ਸਾਡੇ ਨਾਲ ਗੱਲ ਕਰ ਸਕਦੇ ਹੋ ਚੀਜ਼ ਬਾਰੇ ਪੁੱਛ ਸਕਦੇ ਹੋ ਇਹਦਾ ਕੋਈ ਪੈਸਾ ਨਹੀਂ ਹੋਰ ਤਾਂ ਦੇਖੋ ਸਾਰੀਆਂ ਚੀਜ਼ਾਂ ਉਹਦੇ ਮੁੱਲ ਵਾਲੀਆਂ ਪਰ ਗੱਲ ਕਰਨ ਦਾ ਕੋਈ ਪੈਸਾ ਆਹ ਸਾਡਾ ਯਾਰ ਆ ਗਿਆ ਪਹਿਲਾਂ ਤਾਂ ਇਹਨੂੰ ਦਿਖਾ ਜਰਾ ਇਹ ਸਾਡਾ ਯਾਰ ਆ ਗਿਆ ਬਾਹਰੋਂ ਆਏਗਾ ਯਾਰ ਸਾਡਾ ਮੁਕਲ ਤੁਸੀਂ ਆਪ ਦੇਖ ਲਓ ਏਡਾ ਕੋਈ ਮਤਲਬ ਬਸ਼ਾਰਾ ਬੰਦਾ ਹੋ ਸਕਦਾ ਕੱਲ ਨੂੰ ਇਹਦਾ ਕੱਲ ਵਿਆਹ ਤਾਂ ਸੌਰੀ ਵਿਆਹ ਤਾਂ ਲੇਟ ਹੈ ਕੱਲ ਨੂੰ ਇਹਦੀ ਪ੍ਰੀ ਵੈਡਿੰਗ ਹੈ ਤੇ ਬੰਦਾ ਅੱਜ ਸ਼ਾਪਿੰਗ ਕਰਨ ਵਾਸਤੇ ਆਏਗਾ ਕਹਿੰਦਾ ਮੈਨੂੰ ਸ਼ਾਪਿੰਗ ਕਰਵਾ ਕੇ ਲੈ ਗਿਆ ਅੱਜ ਕਿਹੜਾ ਕੱਪੜੇ ਲੈ ਆਉਣੇ ਵਧੀਆ ਇਹ ਤਾਂ ਵਧੀਆ ਸਿਲੈਕਟਡ ਆਏ ਨਹੀਂ ਹੈਗਾ ਜਿਹੜਾ ਮਾਲ ਟ੍ਰੈਂਡ ਜਾ ਉਹ ਲੈ ਕੇ ਆਵਾਂਗੇ ਆਏ ਨਹੀਂ ਹੈਗਾ ਵੀ ਜੀਨਾ ਲੈਣੀਆਂ ਲੈਣੀਆਂ ਵੀ ਬਾਈ ਨੇ ਕੋਟ ਪੈਂਟ ਨੇ ਹਜੇ ਕਰਾਉਣੇ ਵੀ ਫਿਟਿੰਗ ਨੇ ਫਰਨੀਚਰ ਦੇ ਬਾਈ ਰੇਟ ਰੂਟ ਕਿਵੇਂ ਨੇ ਫਰਨੀਚਰ ਦੇ ਉੱਥੇ ਰੇਟ ਜਿੱਦਾਂ ਜ਼ਿਆਦਾ ਹੀ ਨੇ ਇਦਾਂ ਇੰਡੀਆ ਨਾਲੋਂ ਤਾਂ ਬਹੁਤ ਜ਼ਿਆਦਾ ਨੇ ਉੱਥੇ ਨਹੀਂ ਜੇ ਮਤਲਬ ਕਿਸੇ 4-4 ਹਜ਼ਾਰ ਦਾ ਸੋਫਾ ਹੈ 2-2 ਲੱਖ ਰੁਪਏ ਦਾ 5-6 ਜਿਵੇਂ ਆਹ ਸੋਫਾ ਪਿਆ ਗਿਆ ਤੇਰੇ ਕੋਲੇ ਆਹੀ ਸੋਫਾ ਉੱਥੇ ਘੱਟੋ ਘੱਟ ਹੋਣਾ 3500-4000 ਦਾ ਹੋਣਾ ਕਿੰਨੇ ਪੈਸੇ ਕਿੰਨੇ ਮੈਨੂੰ ਰੇਟ ਮੈਨੂੰ ਨੋਟ ਹੋ ਗਿਆ 2-2.5 ਲੱਖ ਰੁਪਏ ਹੋ ਗਿਆ ਪੌਣੇ 2 ਲੱਖ ਦਾ ਹੋ ਜਾਣਾ ਇਹ ਤਾਂ ਮੈਂ ਪੁੱਦੂ ਹੀ ਹੋਏ ਇੱਥੇ ਕਿੰਨੇ ਦਾ ਇੱਥੇ ਤਾਂ ਘੱਟ ਹੀ ਆ ਰੇਟ 10 ਦਾ ਰੇਟ ਵੀ ਦਾ ਅਸੀਂ ਜਿਹੜੀ ਤੁਹਾਨੂੰ ਇੰਟਰੋਡਕਸ਼ਨ ਦੇਣੀ ਆ ਤੁਹਾਨੂੰ ਸਿਰਫ ਆਹੀ ਸੋਫੇ ਦੀ ਇੰਟਰੋਡਕਸ਼ਨ ਦੇਣੀ ਆ ਇਹ ਜਿਹੜਾ ਸੋਫਾ ਹੈਗਾ 1 ਮਿੰਟ ਬਾਈ ਬਣ ਕੇ ਬੈਠ ਆਪਾਂ ਫਿਰ ਚੱਲਦੇ ਹਾਂ ਠੀਕ ਹੈ ਮੇਰੀ ਗੱਲ ਸੁਣ ਹੁਣ ਮੈਂ ਚਾਹ ਤੂੰ ਮੁੰਡਾ ਤੂੰ ਖਾਦਾ ਤੂੰ ਚੱਲ ਵਾਪਸ ਤੇ ਜਿਹੜਾ ਸਾਡਾ ਸੋਫਾ ਹੈਗਾ ਆ ਸਾਡਾ ਸਾਰਾ 9-ਸੀਟਰ ਸੋਫਾ ਹੈ ਅਸੀਂ ਇਹਦੇ ਬਾਰੇ ਤੁਹਾਨੂੰ ਦੱਸਣਾਗਾ ਸੋਫੇ ਬਾਰੇ ਜਿਹੜੇ ਵੀ ਵੀਰ ਭਰਾ ਨੇ ਕੋਈ ਨਵਾਂ ਘਰ ਪਾਇਆ ਹੋਵੇ ਕੋਈ ਮਤਲਬ ਰੋਇਲ ਜਾਂ ਕੋਈ ਕੰਮ ਕੀਤਾ ਹੋਵੇ ਜਾਂ ਉਹਨਾਂ ਨੂੰ ਇੱਛਾ ਹੋਵੇ ਕਿ ਅਸੀਂ ਬੜਾ ਮਹਿੰਗਾ ਸੋਫਾ ਲਾਉਣਾਗਾ ਜਾਂ ਰੇਟ ਅਸੀਂ ਘੱਟ ਲਾਉਣਾ ਪਰ ਅਸੀਂ ਸ਼ੋਅ ਆਏ ਕਰਨਾ ਵੀ ਹਾਂ ਰੁਪਈਆ ਸਾਡਾ ਬਹੁਤ ਲੱਗਿਆ ਹੋਇਆਗਾ ਤਾਂ ਆਹ ਸੋਫਾ ਕੋਈ ਮਾੜਾ ਨਹੀਂ ਬਹੁਤ ਘੈਂਟ ਸੋਫਾ ਗਾ ਜਿਵੇਂ ਕਾਰਵਿੰਗ ਵਾਲੇ ਸੋਫੇ ਹੁੰਦੇ ਨੇ ਕਾਰਵਿੰਗ ਵਾਲੇ ਜਿਵੇਂ ਕਾਰਵਿੰਗ ਵਾਲੇ ਹੋ ਗਏ ਜਿਵੇਂ ਕਢਾਈ ਵਾਲੇ ਸੋਫੇ ਹੱਥਾਂ ਨਾਲ ਖਰਾਦੇ ਹੋਏ ਸੋਫੇ ਜਿਹੜੇ ਆਪਣੇ ਆਪਣਾ ਮੁਸਲਮਾਨ ਭਾਈਚਾਰਾ ਹੈਗਾ ਜਿਹੜਾ ਆਪਣਾ ਉਹ ਜ਼ਿਆਦਾ ਕੰਮ ਕਰਦਾ ਸਹਾਰਨਪੁਰ ਦਾ ਕਰਤਾਰਪੁਰ ਹੱਥਾਂ ਨਾਲ ਖਰੋਦ ਖਰੋਦ ਕੇ ਸੋਫੇ ਬਣਾਉਂਦੇ ਨੇ ਬਾਕੀ ਜੇ ਕਿਸੇ ਨੇ ਜ਼ਿਆਦਾ ਰੁਪਈਏ ਲਾਉਣੇ ਹੋਣ ਤਾਂ ਉਹ ਚੀਜ਼ ਲਾਉਂਦਾ ਗਾ ਉਹ ਤਕਰੀਬਨ ਸੋਫਾ 1 ਲੱਖ 1.5 ਲੱਖ 2 ਲੱਖ 2.5 ਲੱਖ 3 ਲੱਖ ਇਹਨਾਂ ਨੂੰ ਸੋਫਾ ਪਹੁੰਚ ਜਾਂਦਾ ਗਾ ਪਰ ਉੱਥੇ ਜੇ ਬੰਦੇ ਦਾ ਹਾਲ ਵੱਡਾ ਗਾ ਡਰਾਇੰਗ ਰੂਮ ਵੱਡਾ ਗਾ ਤਾਂ ਆਹ ਵੀ ਚੀਜ਼ ਬੰਦਾ ਸੋਚ ਸਕਦਾ ਇੱਕ ਵਾਰ ਤੁਸੀਂ ਗੈਟਾ ਵਧੋ ਆਹ ਚੀਜ਼ ਇਹਦੇ ਕੋਲੇ ਆ ਕੇ ਦੋ ਇਹਦੇ ਨਾਲ ਇੱਕਦਮ 3-ਸੀਟਰ ਸੀਟ ਹੈ ਤੇ ਆਪਣਾ 2-ਸੀਟਰ ਹੈ 2-ਸੀਟਰ ਹੈ 42x42 ਦਾ 3.5x3.5 ਦਾ ਵੱਡਾ ਟੇਬਲ ਹੈ ਕਾਊਚ ਦਿਖਾਓ ਕਾਊਚ ਦੀ ਗੈਟਅਪ ਦੇਖੋ ਇਹਦੀ ਗਲਾਈ ਦੇਖੋ ਕੁਸ਼ਨਿੰਗ ਸਾਰੀ ਜਿਹੜੀ ਹੋਈ ਵੀ ਹੈ ਸਾਰੀ ਹਾਲੈਂਡ ਕੱਪੜੇ ਦੇ ਵਿੱਚ ਕੁਸ਼ਨਿੰਗ ਹੋਈ ਵੀ ਹੈ ਇਹਦੀ ਤੇ ਜਿਹੜੀ ਸਰੀ ਸਲੀਪ ਵੈਲ ਦੀ ਫੋਮ ਪਈ ਵੀ ਹੈ ਬਾਕੀ 5-5 ਸਾਲਾਂ ਦੀਆਂ ਖੁੱਲੀਆਂ ਗਰੰਟੀਆਂ ਨੇ ਇਨ ਫਿਊਚਰ ਜੇ ਕੋਈ ਦਿੱਕਤ ਆ ਜੇ ਕੋਈ ਠੀਕ ਕਰਾਉਣ ਵਾਲੀ ਚੀਜ਼ ਆ ਠੀਕ ਕਰਕੇ ਦਿੰਦੇ ਹਾਂ ਜੇ ਕੋਈ ਬਦਲਣ ਵਾਲੀ ਚੀਜ਼ ਆ ਅਸੀਂ ਬਦਲ ਕੇ ਦਿੰਦੇ ਹਾਂ ਬਾਕੀ ਇਹਦੀ ਫੋਮ ਦੇਖੋ ਕੋਈ ਐਂ ਨਹੀਂ ਹੈਗਾ ਜਿਵੇਂ ਅੱਜ ਕੱਲ੍ਹ ਸੋਫੇ ਨੇ ਸਾਰੇ ਨੈੱਟ ਲਾਉਣ ਪਾ ਪਾ ਕੇ ਦਈ ਜਾਂਦੇ ਨੇ ਬਹੁਤ ਹਾਰਡ ਹੋ ਜਾਂਦੇ ਨੇ ਸੋਫੇ ਇਹ ਜਿਵੇਂ ਸਾਰਾ ਬਹੁਤ ਪੋਲਾ ਸੋਫਾ ਗਾ ਜਿਹਦੀ ਕਿ 5 ਸਾਲ ਦੀ ਗਰੰਟੀ ਆ ਆਹ ਗੱਦੀ ਦਿਖਾਓ ਬਹੁਤ ਇਹਦੀ ਪੋਲੀ ਗੱਦੀ ਹੈ ਜਿਹਦੀ ਕਿ ਇਹਦੀ 5 ਸਾਲ ਦੀ ਅਸੀਂ ਗਰੰਟੀ ਦਿੰਦੇ ਹਾਂ ਵੱਡਾ ਇਹਦਾ ਟੇਬਲ ਹੈ ਸਟੀਲ ਦੇ ਸਾਰੇ ਇਹਦੇ ਪੈਰ ਲੱਗੇ ਹੋਏ ਨੇ 9-ਸੀਟਰ ਸੋਫਾ ਰੇਟ ਇਹ ਜਿਹਾ ਕਿ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਤੁਸੀਂ ਥੋੜ੍ਹਾ ਜਿਹਾ ਮਤਲਬ ਆਪਾਂ ਗੈਸ ਕਰ ਸਕਦੇ ਹੋ ਕੀ ਹੋਊਗਾ ਇਹਦਾ ਰੇਟ ਤੁਹਾਡੇ ਗੈਸ ਚ ਆਊਗਾ 80,000 ਘੱਟ ਤੋਂ ਘੱਟ 70,000 ਜਾਂ 60,000 ਮੈਂ ਮਤਲਬ 100% ਤੁਹਾਨੂੰ ਸ਼ੋਰਟੀ ਦੇ ਸਕਦਾ ਗਾ ਕਿ 60,000 ਤੋਂ ਥੱਲੇ ਤੁਸੀਂ ਸੋਫਾ ਐਕਸਪੈਕਟ ਨਹੀਂ ਕਰ ਸਕਦੇ ਪਰ ਇਹਦਾ ਸੋਫੇ ਦਾ ਸਾਡਾ ਰੇਟ ਹੈਗਾ ਸਿਰਫ ਤੇ ਸਿਰਫ 46,000 ਹਾਂਜੀ ਸਿਰਫ ਤੇ ਸਿਰਫ 46,000 ਦਾ ਸੋਫਾ ਨੀਅਰ ਬਾਏ ਪੰਜਾਬ ਡਿਲੀਵਰੀ ਹੈ
जे किसी लोगों ने मेरे वीर भरावां ने भैणां ने किसी बाहर सोफा मंगाउणा होवे जां मतलब पंजाब तो बाहर सोफा मंगाउणा होवे डिलीवरी दी खिच उहनां नूं आप ही करनी पऊगी। असीं नियर बाय पंजाब डिलीवर कर सकते हैं, स्टेट्स जिवें हिमाचल हो गया, हरियाणा हो गया ते जम्मू भी खैर असीं कर सकदे आ ते बाकी सारा पंजाब कवर करदे आ। बहुत ही सोहणे सोहणे नहीं छड्डो, बहुत ही घैंट डिलीवरी चार्जिज ने, कि डिलीवरी चार्जिज बहुत ही लिमिटेड डिलीवरी चार्जिज ने, कोई इन्हें ज़्यादा नहीं है। ਜਿਹੜੇ ਸਾਡੇ ਵੀਰ ਭਰਾ ਕੋਈ ਬਾਹਰ ਬੈਠੇ ਉਹ ਵੀ ਆਪਦੇ ਘਰ ਨੂੰ ਸਰਪ੍ਰਾਈਜ਼ ਦੇਣਾ ਹੋਵੇ ਤਾਂ ਇਹ ਸੋਫਾ ਬੈਸਟਮ ਬੈਸਟ ਸੋਫਾ ਗਾ। ਜੇ ਆਪਾਂ ਰਿਸ਼ਤੇਦਾਰਾਂ ਨੂੰ ਦੱਸਾਂ ਵੀ ਮਾਂ ਵਾਕਈ ਸੋਫਾ ਲਾਇਆ ਗਾ ਤਾਂ ਉਹੀ ਸੋਫਾ ਹੈ ਮੇਰੇ ਵੀਰੋ, ਵਾਕਈ ਲਾਉਣ ਵਾਲੀ। ਇਹ ਸੋਫਾ ਬਹੁਤ ਜ਼ਿਆਦਾ ਘੈਂਟ ਹੈ ਸੋਫਾ, ਤੁਸੀਂ ਔਡਰ ਕਰ ਸਕਦੇ ਹੋ। ਬਾਕੀ ਆਹ ਤੁਸੀਂ ਦੇਖਦੇ ਹੋਗੇ ਤਾਰਾਂ ਤੂਰਾਂ ਜੇ ਲੰਕੀਆਂ ਵਾਲੀਆਂ ਲੰਕੀਆਂ ਦੀਆਂ ਇਹ ਸਾਡੇ ਦੇਖੋ ਤੁਸੀਂ ਸਮਝ ਤੋਂ ਦੂਜੀ ਤੀਜੀ ਹਜੇ ਵੀਡੀਓ ਹੈ। ਬਾਕੀ ਹੌਲੀ ਹੌਲੀ ਜਿਵੇਂ ਜਿਵੇਂ ਵੀਡੀਓ ਚੜੂ ਉਵੇਂ ਬਜਟ ਵਧੂ, ਫਿਰ ਰੌਡ ਦੇ ਮਾਈਕ ਮੂਈਕ ਖਾਸਾ ਕੁਛ ਆਊਗਾ। ਪਰ ਹਜੇ ਬਾਈ ਬਣ ਕੇ ਹਜੇ ਤੁਹਾਨੂੰ ਬਾਹਰਲੀ ਨੋਇਸ ਆਉਂਦੀ ਹੋ ਐਡਜਸਟ ਕਰ ਲਿਓ। ਅਤੇ ਬਾਕੀ ਜਿਵੇਂ ਹੁਣ ਰੋਜ਼ ਦੀ ਰੋਜ਼ ਤੁਹਾਨੂੰ ਨਵੀਂ ਜਿੱਦਾਂ ਤੁਸੀਂ ਆਹ ਅੱਜ ਸੋਫਾ ਦੇਖਿਆ ਸਿਰਫ ਅਤੇ ਸਿਰਫ 46,000 ਰੁਪਏ ਵਾਲਾ ਸੋਫਾ, ਇਹਦੇ ਵਾਂਗੂ ਰੋਜ਼ ਤੁਹਾਨੂੰ ਨਵੇਂ ਸੋਫੇ ਦਿਖਾਇਆ ਕਰਾਂਗੇ। ਬਾਕੀ ਇਹ 'ਚ ਜਿਹੜਾ ਫਰੇਮਿੰਗ ਹੁੰਦੀ ਹੈ ਜਿਹੜੀ ਅੰਦਰ ਬੰਦਾ ਕਹਿੰਦਾ ਜੀ ਇਹ 'ਚ ਲੱਕੜ ਕਿਹੜੀ ਲੱਗੀ ਹੈ, ਹੋਰ ਕਿਹੜੀ ਲੱਗੀ ਹੈ, ਇਹ 'ਚ ਜਿਹੜੀ ਲੱਕੜ ਹੁੰਦੀ ਹੈ ਸਾਰੇ ਕੁਛ ਨਹੀਂ ਗਾ ਲਏ ਸੋਫੇ ਹੁੰਦੇ ਨੇ, ਚਾਹੇ ਉਹ ਕਿਸੇ ਵੀ ਦੁਕਾਨ ਦਾ ਸੋਫਾ ਗਾ। ਮੈਂ ਨਹੀਂ ਕਹਿੰਦਾ ਮੇਰੇ ਕੋਲ ਘਟੀਆ ਜਾਂ ਮੇਰੇ ਕੋਲ ਵਧੀਆ ਗਾ, ਜਿਹੜੇ ਫੁੱਲ ਕੁਛ ਨਹੀਂ ਗਾ ਲਏ ਸੋਫੇ ਹੁੰਦੇ ਨੇ, ਜਾਂ ਤਾਂ ਉਹਨਾਂ 'ਚ ਲੋਕ ਜਿਹੜੇ ਮਾੜੇ ਸੋਫੇ ਹੁੰਦੇ ਨੇ ਸਫੈਦਾ ਅੰਬ ਜਿਹੜੀਆਂ ਲੱਕੜ ਯੂਜ ਕਰਦੇ ਨੇ ਉਹਨਾਂ ਕੀ ਉਹਨਾਂ ਨੂੰ ਕੀ ਹੁੰਦਾ ਉਹਨਾਂ ਨੂੰ ਜਲਦੀ ਘੋਣਾ ਲੱਗ ਜਾਂਦਾ। ਪਰ ਅਸੀਂ ਜਿਹੜੇ ਸੋਫੇ ਕਰਦੇ ਲੱਕੜ ਯੂਜ ਕਰਦੇ ਹਾਂ, ਡੇਕ ਦੀ ਲੱਕੜ ਯੂਜ ਕਰਦੇ ਨੇ, ਫੁੱਲ ਕੁਛ ਨਹੀਂ ਗਾ ਲਏ ਸੋਫੇ ਹੁੰਦੇ ਨੇ। ਡੇਕ ਦੀ ਲੱਕੜ ਅਸੀਂ ਤਾਂ ਯੂਜ ਕਰਦੇ ਹਾਂ ਕਿ ਇਹ ਡੇਕ ਦੀ ਲੱਕੜ ਕੌੜੀ ਹੁੰਦੀ ਹੈ, ਇਹਨੂੰ ਜਲਦੀ ਘੁਣਾ ਨਹੀਂ ਲੱਗਦਾ, ਅਤੇ ਤਾਂ ਹੀ ਅਸੀਂ ਅਗਲੇ ਨੂੰ 5 ਸਾਲ ਦੀ ਗਰੰਟੀ ਦੇ ਦਿੰਦੇ ਹਾਂ। ਸੋਫਾ ਦਬਨ ਦੀ ਕਰਨ ਦੀ ਸਲੀਵੈਲ ਦੀ ਫੋਮ ਹੋ ਗਈ, ਵਧੀਆ ਤਗੜਾ ਇਹਦਾ ਕੱਪੜਾ ਹੋ ਗਿਆ, ਡੇਕ ਦੀ ਇਹ 'ਚ ਲੱਕੜ ਹੋ ਗਈ, ਹੋਰ ਤਾਂ ਮੇਰੇ ਵੀਰੋ ਕੀ ਚਾਹੀਦਾ, ਰੇਟ ਮੈਂ ਤੁਹਾਨੂੰ ਦੱਸ ਹੀ ਦਿੱਤਾ। ਬਾਕੀ ਹਾਂ ਇੱਕ ਗੱਲ ਤੁਸੀਂ ਦੇਖ ਲਓ, ਕਈ ਵਾਰ ਵੈਸੇ ਸਾਰੇ ਲਈ ਆਪਦੀ ਆਪਦੀ ਪਸੰਦ ਹੁੰਦੀ ਹੈ, ਮੈਨੂੰ ਤਾਂ ਇਹ ਸੋਫਾ ਬਹੁਤ ਘੈਂਟ ਲੱਗਦਾ ਕਲਰ ਵਾਈਜ਼, ਠੀਕ ਹੈ ਨਾ, ਪਰ ਸਾਰਿਆਂ ਦੀ ਆਪਦੀ ਆਪਦੀ ਚੋਇਸ ਹੁੰਦੀ ਹੈ, ਕਈਆਂ ਨੂੰ ਕਲਰ ਨਹੀਂ ਵੀ ਚੱਚਦਾ, ਆਪਣੇ ਕੋਲ ਉਹਦੇ ਨਹੀਂ ਵੀ ਮਿਲਿਆ ਹੈਗਾ। ਆ ਜਾਓ ਮੇਰੇ ਵੀਰ ਇੱਧਰ ਚੱਲੀ ਚਾਹੀਦਾ, ਆਹ ਜਿਹੜੇ ਸਾਰੇ ਤੁਸੀਂ ਕਲਰ ਦੇਖ ਸਕਦੇ ਹੋ, ਇਹ ਐਂ ਨਹੀਂ ਹੈਗਾ ਕੱਲਾ ਮੋਰ ਪੰਖੀ ਦਾ ਤੁਹਾਨੂੰ ਕਲਰ ਮਿਲੂਗਾ, ਆਹ ਸਾਰੇ ਜਿੰਨੇ ਤੁਸੀਂ ਕਲਰ ਦੇਖ ਸਕਦੇ ਹੋ ਸਾਰਾ ਇਹ ਸੋਫੇ ਦੇ ਵਿੱਚ ਹੀ ਮਿਲਣਗੇ। ਇਹ ਲਾ ਲਓ, ਆਹ ਲਾ ਲਓ, ਆਹ ਲਾ ਲਓ, ਆਹ ਲਾ ਲਓ, ਜਿਹੜਾ ਮਰਜ਼ੀ ਕਲਰ ਲਾ ਲਓ ਉਹਦੇ ਵਿੱਚ ਸੋਫਾ ਤਿਆਰ ਹੋਜੂ, ਅਤੇ ਕੰਟਰਾਸਟ ਕਰਾ ਲਓ, ਇਹੋ ਜਿਹੀ ਗੱਲ ਨਹੀਂ ਹੈਗਾ ਕੋਈ ਪੈਸੇ ਦੇ ਐਕਸਟਰਾ ਲੱਗਣਗੇ, ਪੈਸੇ ਇਹਦੇ ਓਨੇ ਲੱਗਣਗੇ। ਜਦੋਂ ਵੀ ਤੁਸੀਂ ਸਾਨੂੰ ਔਡਰ ਦਿੰਦੇ ਹੋ ਵਿਦਿਨ 1 ਵੀਕ ਸਾਨੂੰ ਔਡਰ ਤੁਹਾਨੂੰ ਡਿਲੀਵਰੀ ਦੇ ਸਕਦੇ ਹਾਂ, ਕੋਈ ਐਂ ਨਹੀਂ ਹੈਗਾ ਕਿ ਹਾਂ ਵੀਕ ਤੋਂ ਬਾਅਦ ਜੀ ਜਿਵੇਂ ਇੰਨਾ ਤਕੜਾ ਸੋਫਾ ਮਹੀਨਾ ਲੱਗ ਜੂਗਾ ਇਹ ਡਿਲੀਵਰੀ ਨੂੰ। ਜਿਹੜਾ ਮਰਜ਼ੀ ਰੰਗ ਲਵਾ ਲਓ, ਵੈਸੇ ਸਾਡੇ ਕੋਲ ਅਵੇਲੇਬਲ ਹੀ ਪਿਆ ਹੁੰਦਾ ਗਾ, ਪਰ ਵਿਦਇਨ ਵੀਕ ਤੁਹਾਡੇ ਘਰ ਡਿਲੀਵਰ ਕਰ ਸਕਦੇ ਹਾਂ। ਬਾਕੀ ਹੋਰ ਰੋਜ਼ ਨਵੀਂ ਨਵੀਂ ਚੀਜ਼ਾਂ ਦੀ ਇਨਫੋਰਮੇਸ਼ਨ ਲੈਣ ਲਈ ਤੁਸੀਂ ਸਾਡੇ ਪੇਜ ਨੂੰ ਸਬਸਕ੍ਰਾਈਬ ਕਰੋ, ਫੋਲੋ ਕਰੋ। ਬਾਕੀ ਮੈਂ ਇਹ ਨਹੀਂ ਕਹਿੰਦਾ ਮੇਰੇ ਕਹੇ ਤੋਂ ਨਹੀਂ ਤੁਸੀਂ ਕਰਨਾ, ਅਤੇ ਹੁਣ ਕੋਈ ਕੰਮ ਦੀ ਚੀਜ਼ ਲਾ ਦੀ ਆ ਤਾਂ ਕਰੋ, ਨਹੀਂ ਬੇਸ਼ੱਕ ਦੀ ਨਾ ਕਰੋ, ਕੋਈ ਚੱਕਰ ਨਹੀਂ ਹੈਗਾ, ਆਪਣਾ ਹੋਰਾਂ ਵਾਂਗੂ ਕੰਮ ਨਹੀਂ ਵੀ ਬਾਈ ਬਣ ਕੇ ਸਬਸਕ੍ਰਾਈਬ ਕਰੋ ਹੀ ਕਰੋ, ਕਮੈਂਟ ਕਰੋ ਹੀ ਕਰੋ, ਕੋਈ ਚੱਕਰ ਨਹੀਂ ਹੈਗਾ, ਹੁਣ ਕੰਮ ਦੀ ਚੀਜ਼ ਲਾ ਦੇ ਤਾਂ ਕਰੋ, ਨਹੀਂ ਕੋਈ ਚੱਕਰ ਨਹੀਂ ਹੈਗਾ। ਅਤੇ ਬਾਕੀ ਜਿਵੇਂ ਹੁਣ ਅਸੀਂ ਰੋਜ਼ ਅਲਮੀਰਾ ਬੈੱਡ ਸੋਫੇ ਤੁਹਾਡੇ ਵਾਸਤੇ ਵਧੀਆ ਵਧੀਆ ਡੀਲਾਂ ਲੈ ਕੇ ਆਉਂਦੇ ਰਹਾਂਗੇ। ਹੁਣ ਮੇਰਾ ਵੀਰ ਆਹ ਬਾਹਰ ਬਾਹਰ ਖੜਾ ਗਾ, ਇਹਨੂੰ ਕੱਪੜੇ ਲਾ ਕੇ ਲੈ ਕੇ ਆਉਣੇ ਨੇ, ਲਾਕ ਕਰਾ ਕੇ ਹੱਟ ਗਿਆ ਮੈਂ ਸੋਫੇ ਦਾ ਬਾਅਦ ਵੀ ਲੱਗੇ ਖੜਗੇ ਮੇਰਾ ਨਾ, ਇਹ ਹੁਣ ਕੱਪੜੇ ਲਵਾ ਕੇ ਲੈ ਕੇ ਆਉਣੇ, ਹੋ ਸਕਦਾ ਸਾਨੂੰ ਅਸੀਂ ਸ਼ੋਪਿੰਗ ਕਰ ਦਿੰਦੇ ਵੀ ਆਪਣਾ ਬਲੌਗ ਸ਼ੇਅਰ ਕਰਾਂਗੇ, ਦਿਖਾਵਾਂਗੇ ਜਰੂਰ। ਥੈਂਕ ਯੂ ਸੋ ਮਚ, ਬਾਏ ਬਾਏ।